ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਭ ਤੋਂ ਪਹਿਲਾਂ ਤਾਂ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਅਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ। ਧੰਨਵਾਦ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਟਰੈਕਟਰ ਟਰਾਲੀ ਹਲ ਤਵੀਆਂ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸਦੀਆਂ 5-7 ਫੋਟੋਆਂ ਨਾਲੇ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ 'ਤੇ ਵਟਸਐਪ ਕਰ ਦਿਓ ਵੀਰੇ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ 'ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਵੀਰੇ ਆਪਣੇ ਕੋਲ ਬਹੁਤ ਵੀਰਾਂ ਦੀ ਡਿਮਾਂਡ ਆਈ ਸੀ ਵੀ ਕਿ ਗੱਡੀਆਂ ਲਈ ਸਪੈਸ਼ਲ ਵੀਡੀਓ ਬਣਾਓ, ਤਾਂ ਉਸਦੇ ਰਿਗਾਰਡਿੰਗ ਵੀਰੇ ਅੱਜ ਆਪਾਂ ਇੱਕ ਸਪੈਸ਼ਲ ਵੀਡੀਓ ਗੱਡੀਆਂ ਲਈ ਬਣਾ ਰਹੇ ਹਾਂ। 8 ਗੱਡੀਆਂ ਨੇ ਵੀਰੇ ਅੱਜ ਆਪਣੇ ਕੋਲ ਸੇਲ ਲਈ, ਮਰੂਤੀ ਜੈਨ, ਆਲਟੋ, ਸਕੋਰਪੀਓ, ਬਲੈਰੋ, ਕਰੇਟਾ, ਨੋਵਾ ਤੇ ਸੁਮੋ ਤੇ ਸਵਿਫਟ ਡਿਜ਼ਾਇਰ, ਇਹ ਗੱਡੀਆਂ ਨੇ ਵੀਰੇ ਅੱਜ ਆਪਣੇ ਕੋਲ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਵੀਰੇ ਮਹਿੰਦਰਾ ਸਕੋਰਪੀਓ ਬਾਰੇ। ਸਕੋਰਪੀਓ ਵੀਰੇ 2005 ਮਾਡਲ ਗੱਡੀ ਹੈ। ਗੱਡੀ ਦੇ ਟਾਇਰ ਨੇ, ਚਾਰੇ ਟਾਇਰ ਬਿਲਕੁਲ ਨਵੇਂ ਨੇ, ਪੂਰੀ ਓਕੇ ਕੰਡੀਸ਼ਨ ਹੈ। ਬੰਪਰ ਟੂ ਬੰਪਰ ਸਾਰਾ ਓਰਿਜਿਨਲ ਪੇਂਟ ਹੈ ਵੀਰੇ, ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਕੋਈ ਡੈਂਟ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟ ਨਹੀਂ, ਸਾਰੀ ਏ ਟੂ ਜੈਡ ਓਰਿਜਿਨਲ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ। ਇੰਜਨ ਗੇਅਰ ਦਾ ਕੰਮ ਵੀਰੇ ਟੋਟਲ ਹੋਇਆ, ਕੋਈ ਰਿਪੇਅਰ ਦੀ ਜ਼ਰੂਰਤ ਨਹੀਂ, ਸਰਵਿਸ ਵਗੈਰਾ ਸਭ ਹੋਈ ਹੈ, ਬੈਟਰੀ ਓਕੇ ਹੈ, ਏਸੀ ਹੀਟਰ ਵਧੀਆ ਕੰਡੀਸ਼ਨ ਦੇ ਵਿੱਚ ਚੱਲਦੇ ਨੇ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ। ਚਲਾ ਕੇ ਟੈਸਟ ਡਰਾਈਵ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ ਵੀਰੇ, ਮੈਟ ਵਗੈਰਾ, ਮਿਊਜ਼ਿਕ ਸਿਸਟਮ, ਸਭ ਚੀਜ਼ਾਂ ਓਕੇ ਕੰਡੀਸ਼ਨ ਦੇ ਵਿੱਚ ਨੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਪੇਪਰ ਵਗੈਰਾ ਸਾਰੇ ਕੰਪਲੀਟ ਨੇ ਵੀਰੇ। ਏਰੀਆ ਹਬੋਰ ਏਰੀਆ ਵੀਰਾਂ ਦਾ, ਹਬੋਰ ਇਹ ਗੱਡੀ ਖੜੀ ਹੈ ਵੀਰੇ। ਗੱਡੀ ਦੀ ਕੀਮਤ ਰੱਖੀ ਗਈ ਹੈ 2,25,000 ਰੁਪਇਆ, ਬਾਕੀ ਮੌਕੇ ਤੇ ਲੈਸ ਹੋ ਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਪੰਜਾਬ ਨੰਬਰ ਗੱਡੀ ਹੈ ਵੀਰੇ। ਥੈਂਕ ਯੂ। ਹਾਂਜੀ ਵੀਰੇ, ਆਪਾਂ ਤੁਹਾਨੂੰ ਸਵਿਫਟ ਡਿਜ਼ਾਇਰ ਗੱਡੀ ਦਿਖਾ ਰਹੇ ਹਾਂ, 2010 ਮਾਡਲ ਗੱਡੀ ਹੈ ਵੀਰੇ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ। ਬੰਪਰ ਟੂ ਬੰਪਰ ਓਰਿਜਿਨਲ ਗੱਡੀ ਹੈ, ਕਿਤੋਂ ਦੁਬਾਰਾ ਪੇਂਟ ਨਹੀਂ ਹੋਇਆ, ਕਿਤੇ ਪੇਂਟ ਉਤਰਿਆ ਨਹੀਂ ਵੀਰੇ, ਕੋਈ ਟਚਿੰਗ ਨਹੀਂ, ਕੋਈ ਡੈਂਟ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟਲ ਨਹੀਂ, ਸਾਰੀ ਏ ਟੂ ਜੈਡ ਓਰਿਜਿਨਲ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ, ਬਿਲਕੁਲ ਬੇਦਾਗ, ਸਾਫ਼ ਸੁਥਰੇ ਪੱਕੇ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ, ਸਰਵਿਸ ਵਗੈਰਾ ਸਭ ਹੋਈ ਹੈ ਵੀਰੇ। ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। 1,30,000 ਕਿਲੋਮੀਟਰ ਚੱਲੀ ਹੋਈ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ, ਹਰਿਆਣਾ ਨੰਬਰ ਗੱਡੀ ਹੈ, ਕੋਈ ਪ੍ਰੋਬਲਮ ਨਹੀਂ, ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਕੋਈ ਪ੍ਰੋਬਲਮ ਨਹੀਂ ਗੱਡੀ ਦੇ ਵਿੱਚ ਵੀਰੇ। ਇੰਟੀਰੀਅਰ ਦੀ ਗੱਲ ਕਰੀਏ, ਮੈਟ ਵਗੈਰਾ, ਸ਼ੀਟ ਕਵਰ, ਮਿਊਜ਼ਿਕ ਸਿਸਟਮ, ਏਸੀ ਹੀਟਰ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ, ਕੋਈ ਰਿਪੇਅਰ ਦੀ ਜ਼ਰੂਰਤ ਨਹੀਂ, ਸਭ ਚੀਜ਼ਾਂ ਵਰਕਿੰਗ ਕੰਡੀਸ਼ਨ ਦੇ ਵਿੱਚ ਹੈ, ਬਾਕੀ ਵੀਰੇ ਵਧੀਆ ਟੌਪ ਕਲਾਸ ਦਾ ਇੰਟੀਰੀਅਰ ਹੈ। ਏਰੀਆ ਫਤਿਹਾਬਾਦ ਏਰੀਆ ਵੀਰਾਂ ਦਾ, ਹਰਿਆਣੇ ਦੇ ਵਿੱਚ, ਉੱਥੇ ਇਹ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਗਈ ਹੈ 3,00,000 ਰੁਪਇਆ, ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜੂਗਾ। ਨਾਲ ਹੀ ਵੀਰੇ ਗੱਡੀ ਸੇਲ ਦੇ ਨਾਲ ਗੱਡੀ ਵੀਰ ਸਵਰਾਜ 855 ਟਰੈਕਟਰ ਨਾਲ ਐਕਸਚੇਂਜ ਵੀ ਕਰ ਲੈਣਗੇ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਤੇ ਐਕਸਚੇਂਜ ਵੀ ਕਰ ਸਕਦੇ ਹੋ। ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਆਲਟੋ ਗੱਡੀ ਦਿਖਾ ਰਹੇ ਹਾਂ। ਆਲਟੋ LXI ਗੱਡੀ ਹੈ ਵੀਰੇ, 2005 ਮਾਡਲ।
ਗੱਡੀ ਦੇ ਜਿਹੜੇ ਟਾਇਰ ਨੇ ਵੀਰੇ ਬਿਲਕੁਲ ਨਵੇਂ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ, ਬੇਦਾਗ, ਸਾਫ ਸੁਥਰੇ, ਪੱਕੇ ਨਵੇਂ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। ਬੰਪਰ ਟੂ ਬੰਪਰ ਓਰਿਜਿਨਲ ਗੱਡੀ ਹੈ ਵੀਰੇ, ਕੋਈ ਕਮੀ ਪੇਸ਼ੀ ਨਹੀਂ, ਕੋਈ ਡੈਂਟ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟ ਨਹੀਂ, ਸਾਰੀ ਓਰਿਜਿਨਲ ਗੱਡੀ ਹੈ, ਓਰਿਜਿਨਲ ਪੇਂਟ ਹੈ ਵੀਰੇ। ਪਾਵਰ ਸਟੇਅਰਿੰਗ ਗੱਡੀ ਹੈ ਵੀਰੇ। ਇੰਟੀਰੀਅਰ ਦੀ ਗੱਲ ਕਰੀਏ, ਵਧੀਆ ਕੁਆਲਿਟੀ ਦੇ ਸ਼ੀਟ ਕਵਰ ਵਗੈਰਾ, ਮੈਟ ਵਗੈਰਾ ਲੱਗੇ ਨੇ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਵੀਰੇ, ਸਰਵਿਸ ਵਗੈਰਾ ਗੱਡੀ ਦੀ ਹੋਈ ਹੈ, ਇੰਜਨ ਗੇਅਰ ਬਿਲਕੁਲ ਓਕੇ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਦਿੱਲੀ ਨੰਬਰ ਗੱਡੀ ਹੈ ਵੀਰੇ, VIP ਨੰਬਰ ਹੈ, ਪੂਰੀ ਓਕੇ ਕੰਡੀਸ਼ਨ ਹੈ, ਪੇਪਰ ਵਗੈਰਾ ਸਾਰੇ ਕੰਪਲੀਟ ਨੇ ਵੀਰੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਏਰੀਆ ਅਨੂਪਗੜ੍ਹ ਪਿੰਡ ਹੈ ਵੀਰਾਂ ਦਾ, ਰਾਜਸਥਾਨ ਦੇ ਵਿੱਚ, ਉੱਥੇ ਇਹ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਗਈ ਹੈ 75,000 ਰੁਪਇਆ, ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋਜੂ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ। ਹਾਂਜੀ ਵੀਰੇ, ਆਪਾਂ ਇਹਨੂੰ ਹੁੰਡਾਈ ਕ੍ਰੇਟਾ ਗੱਡੀ ਦਿਖਾ ਰਹੇ ਹਾਂ। ਕ੍ਰੇਟਾ 1.6 SX ਗੱਡੀ ਹੈ ਵੀਰੇ, 2011 ਮਾਡਲ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ, ਬੰਪਰ ਟੂ ਬੰਪਰ ਸਾਰੀ ਓਰਿਜਿਨਲ ਗੱਡੀ ਹੈ ਵੀਰੇ, ਕਿਤੇ ਕੋਈ ਸਕਰੈਚ ਨਹੀਂ, ਕਿਤੇ ਕੋਈ ਡੈਂਟ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟ ਨਹੀਂ, ਸਾਰੀ ਓਰਿਜਿਨਲ ਗੱਡੀ ਹੈ। ਗੱਡੀ ਦੇ ਜਿਹੜੇ ਟਾਇਰ ਨੇ ਵੀਰੇ, 65-70 ਪੈਸੇ ਟਾਇਰ ਨੇ, ਬਿਲਕੁਲ ਬੇਦਾਗ, ਸਾਫ ਸੁਥਰੇ, ਪੱਕੇ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ, ਕੋਈ ਦੁਬਾਰਾ ਪੇਂਟ ਨਹੀਂ ਹੋਇਆ ਵੀਰੇ, ਸਾਰੀ ਓਰਿਜਿਨਲ ਹੈ। ਇੰਟੀਰੀਅਰ ਦੀ ਗੱਲ ਕਰੀਏ ਵੀਰੇ, ਮੋਡੀਫਾਈ ਹੋਈ ਵੀ ਹੈ ਇੰਟੀਰੀਅਰ ਗੱਡੀ ਦਾ, ਨਵੇਂ ਸੀਟ ਕਵਰ ਲੱਗੇ ਹੋਏ ਨੇ, ਨਵੇਂ ਵੀਰੇ ਮੈਟ ਵਗੈਰਾ ਸਭ ਟੌਪ ਕਲਾਸ ਦੇ ਓਰਿਜਿਨਲ ਕੁਆਲਿਟੀ ਦੇ ਲੱਗੇ ਹੋਏ ਨੇ, ਮਿਊਜ਼ਿਕ ਸਿਸਟਮ ਵਗੈਰਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ, ਸਰਵਿਸ ਵਗੈਰਾ ਗੱਡੀ ਸਭ ਡਨ ਹੈ, ਏਜੰਸੀ ਰਿਕਾਰਡ ਸਰਵਿਸ ਹੈ, ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ, ਪੂਰੀ ਏ ਕਲਾਸ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ। VIP ਨੰਬਰ ਹੈ ਗੱਡੀ, ਪੂਰੀ ਏ ਕਲਾਸ ਕੰਡੀਸ਼ਨ ਹੈ ਵੀਰੇ। ਏਰੀਆ ਪੰਜਾਬ ਨੰਬਰ ਗੱਡੀ ਹੈ, ਦੁਬਲੀ ਪਿੰਡ ਹੈ ਵੀਰਾਂ ਦਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ, ਉੱਥੇ ਇਹ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਗਈ ਹੈ 12,00,000 ਰੁਪਇਆ, ਬਾਕੀ ਮੌਕੇ ਤੇ ਲੈਸ ਹੋ ਜੂਗਾ ਵੀਰੇ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਨੂੰ ਬਲੈਰੋ ਗੱਡੀ ਦਿਖਾ ਰਹੇ ਹਾਂ। ਬਲੈਰੋ ZLX 2014 ਮਾਡਲ ਗੱਡੀ ਹੈ ਵੀਰੇ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ। ਗੱਡੀ ਦੇ ਜਿਹੜੇ ਟਾਇਰ ਨੇ ਵੀਰੇ, ਬਿਲਕੁਲ ਨਵੇਂ ਟਾਇਰ ਨੇ, ਨਵੇਂ ਅਲਾਈ ਵੀਲ ਲੱਗੇ ਹੋਏ ਨੇ, ਬਿਲਕੁਲ ਓਕੇ ਕੰਡੀਸ਼ਨ ਹੈ। ਬੰਪਰ ਟੂ ਬੰਪਰ ਸਾਰੀ ਓਰਿਜਿਨਲ ਗੱਡੀ ਹੈ ਵੀਰੇ, ਕਿਤੇ ਕੋਈ ਡੈਂਟ ਨਹੀਂ, ਕਿਤੇ ਡੈਮੇਜ ਨਹੀਂ, ਕੋਈ ਸਕਰੈਚ ਨਹੀਂ, ਕੋਈ ਐਕਸੀਡੈਂਟ ਨਹੀਂ, ਸਾਰੀ A to Z ਓਰਿਜਿਨਲ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ। ਇੰਟੀਰੀਅਰ ਦੀ ਗੱਲ ਕਰੀਏ ਵੀਰੇ, ਟੌਪ ਕੁਆਲਿਟੀ ਦੇ ਸ਼ੀਟ ਕਵਰ ਵਗੈਰਾ, ਮੈਟ ਵਗੈਰਾ ਲੱਗੇ ਨੇ, ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਵੀਰੇ, ਫੁੱਲ ਗਰੰਟੀ ਹੈ ਮਾਲਕ ਵੀਰਾਂ ਦੀ। ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ, ਏਜੰਸੀ ਰਿਕਾਰਡ ਸਰਵਿਸ ਹੈ, ਸਭ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ, ਪੂਰੀ ਓਕੇ ਕੰਡੀਸ਼ਨ ਹੈ। ਨਵੀਂ ਬੈਟਰੀ ਲੱਗੀ ਹੋਈ ਹੈ ਵੀਰੇ, ਇੰਸ਼ੋਰੈਂਸ ਗੱਡੀ ਦਾ ਹੋਇਆ ਹੈ, ਪੂਰੀ ਓਕੇ ਕੰਡੀਸ਼ਨ ਹੈ। ਪੰਜਾਬ ਨੰਬਰ ਗੱਡੀ ਹੈ, ਏਰੀਆ ਭਲਾਈਪੁਰ ਡੋਗਰਾ ਪਿੰਡ ਹੈ ਵੀਰਾਂ ਦਾ, ਨੇੜੇ ਰਾਈਆ ਬਿਆਸ, ਉੱਥੇ ਇਹ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਗਈ ਹੈ 5,35,000 ਰੁਪਇਆ, ਬਾਕੀ ਵੀਰੇ ਮੌਕੇ ਤੇ ਲੈਸ ਹੋ ਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ।
ਹਾਂਜੀ ਵੀਰੇ, ਆਪਾਂ ਤੈਨੂੰ ਗੱਡੀ ਦਿਖਾ ਰਹੇ ਹਾਂ, ਟਾਟਾ ਸੂਮੋ ਗ੍ਰੈਂਡ ਗੱਡੀ ਹੈ ਵੀਰੇ, 2008 ਮਾਡਲ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜਿਹੜੇ ਟਾਇਰ ਨੇ ਵੀਰੇ, 90-95 ਪੈਸੇ ਟਾਇਰ ਨੇ, ਬਿਲਕੁਲ ਬੇਦਾਗ, ਸਾਫ ਸੁਥਰੇ ਪੱਕੇ ਟਾਇਰ ਨੇ, ਕੋਈ ਕੱਟ ਨਹੀਂ, ਪੂਰੀ ਓਕੇ ਕੰਡੀਸ਼ਨ ਹੈ। ਬੰਪਰ ਟੂ ਬੰਪਰ ਸਾਰੀ ਓਰਿਜਿਨਲ ਗੱਡੀ ਹੈ ਵੀਰੇ, ਕਿਤੋਂ ਦੁਬਾਰਾ ਪੇਂਟ ਨਹੀਂ ਹੋਇਆ, ਕਿਤੋਂ ਉਤਰਿਆ ਨਹੀਂ, ਕੋਈ ਐਕਸੀਡੈਂਟ ਨਹੀਂ, ਕੋਈ ਸਕਰੈਚ ਨਹੀਂ, ਕੋਈ ਡੈਂਟ ਨਹੀਂ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਓਰਿਜਿਨਲ ਗੱਡੀ ਹੈ ਵੀਰੇ, ਹਰਿਆਣਾ ਨੰਬਰ ਹੈ। ਇੰਟੀਰੀਅਰ ਦੀ ਗੱਲ ਕਰੀਏ ਵੀਰੇ, ਸ਼ੀਟ ਕਵਰ ਵਗੈਰਾ, ਮੈਟ ਵਗੈਰਾ ਬਿਲਕੁਲ ਟੌਪ ਕਲਾਸ ਦੇ ਲੱਗੇ ਹੋਏ ਨੇ। ਏਸੀ ਹੀਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ, ਚਾਲੂ ਕੰਡੀਸ਼ਨ ਦੇ ਵਿੱਚ ਹੈ, ਪੂਰੀ ਓਕੇ ਕੰਡੀਸ਼ਨ ਹੈ। ਪੇਪਰ ਵਗੈਰਾ ਸਾਰੇ ਕੰਪਲੀਟ ਨੇ ਵੀਰੇ, ਹਰਿਆਣਾ ਨੰਬਰ ਗੱਡੀ ਹੈ। ਏਰੀਆ ਫਤਿਹਾਬਾਦ ਏਰੀਆ ਵੀਰਾਂ ਦਾ, ਹਰਿਆਣੇ ਦੇ ਵਿੱਚ, ਉੱਥੇ ਇਹ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਗਈ ਹੈ 2,30,000 ਰੁਪਇਆ, ਬਾਕੀ ਮੌਕੇ ਤੇ ਲੈਸ ਹੋ ਜੂਗਾ ਵੀਰੇ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਫੁੱਲ ਗਾਰੰਟੀ ਹੈ ਵੀਰੇ ਗੱਡੀ ਦੀ, ਮਾਲਕ ਵੀਰਾਂ ਵੱਲੋਂ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇੱਧਰ ਨੂੰ ਨੋਵਾ ਗੱਡੀ ਦਿਖਾ ਰਹੇ ਹਾਂ, ਨੋਵਾ 2.6 ਗੱਡੀ ਹੈ ਵੀਰੇ, 2006 ਮਾਡਲ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਟਾਇਰ ਨੇ ਵੀਰੇ 95 ਪੈਸੇ ਟਾਇਰ ਨੇ, ਬਿਲਕੁਲ ਬੇਦਾਗ, ਸਾਫ ਸੁਥਰੇ ਪੱਕੇ ਨਵੇਂ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। ਇੰਟੀਰੀਅਰ ਦੀ ਗੱਲ ਕਰੀਏ ਵੀਰੇ, ਟੌਪ ਕਲਾਸ ਦਾ ਵਧੀਆ ਕੁਆਲਿਟੀ ਦੇ ਮੈਟ ਵਗੈਰਾ ਲੱਗੇ ਨੇ, ਸ਼ੀਟ ਕਵਰ ਵਗੈਰਾ ਬਿਲਕੁਲ ਓਕੇ ਕੰਡੀਸ਼ਨ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਸਭ ਓਕੇ ਕੰਡੀਸ਼ਨ ਦੇ ਵਿੱਚ ਚੱਲਦੇ ਆ ਵੀਰੇ, ਫੁੱਲ ਗਾਰੰਟੀ ਹੈ ਮਾਲਕ ਵੀਰਾਂ ਵੱਲੋਂ, ਕੋਈ ਕਮੀ ਪੇਸ਼ੀ ਨਹੀਂ। ਪਾਵਰ ਸਟੀਅਰਿੰਗ ਗੱਡੀ ਹੈ ਵੀਰੇ, ਇੰਜਨ ਗੇਅਰ ਬਿਲਕੁਲ ਓਕੇ ਹੈ, ਸਰਵਿਸ ਵਗੈਰਾ ਹੋਈ ਹੈ ਗੱਡੀ ਦੀ, ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਬੰਪਰ ਟੂ ਬੰਪਰ ਸਾਰੀ ਓਰਿਜਿਨਲ ਗੱਡੀ ਹੈ ਵੀਰੇ, ਕਿਤੇ ਕੋਈ ਸਕਰੈਚ ਨਹੀਂ, ਡੈਂਟ ਨਹੀਂ, ਡੈਮੇਜ ਨਹੀਂ, ਕੋਈ ਐਕਸੀਡੈਂਟ ਨਹੀਂ, ਸਾਰਾ ਨਾਲ ਦਾ ਪੇਂਟ ਵਗੈਰਾ ਪਿਆ ਹੈ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਸਾਫ ਸੁਥਰੀ ਗੱਡੀ ਹੈ ਵੀਰੇ। ਪੰਜਾਬ ਨੰਬਰ ਗੱਡੀ ਹੈ, ਏਰੀਆ ਵੀਰੇ ਖੰਨਾ ਏਰੀਆ ਵੀਰਾਂ ਦਾ, ਉੱਥੇ ਇਹ ਗੱਡੀ ਖੜੀ ਹੈ। ਗੱਡੀ ਦੀ ਕੀਮਤ ਰੱਖੀ ਗਈ ਹੈ 3,50,000 ਰੁਪਇਆ, ਬਾਕੀ ਮੌਕੇ ਤੇ ਲੈਸ ਹੋ ਜਾਊਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ, ਤਾਂ ਜੋ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਪਾਵਰ ਸਟੀਅਰਿੰਗ ਗੱਡੀ ਹੈ ਵੀਰੇ। ਥੈਂਕ ਯੂ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ। ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪੋ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦੇ ਦਿਓ। ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹੀ ਹੈ ਜਾਂ ਨਾਲ ਹੀ ਵੀਰੇ ਆਪੋ ਆਪਦੀ ਡਿਮਾਂਡ ਸਾਨੂੰ ਜ਼ਰੂਰ ਦੱਸੋ, ਤਾਂ ਜੋ ਆਪਾਂ ਅਗਲੀ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ। ਸੋ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਸੋ ਇੱਕ ਰਿਕੁਐਸਟ ਆਪਣੇ ਉਹ ਵੀਰਾਂ ਨੂੰ ਹੈ ਵੀਰੇ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਿਸ਼ਨਰੀ ਸੈਂਡ ਕਰਦੇ ਨੇ, ਪਲੀਜ਼ ਵੀਰੇ ਇੱਕ ਦਾ ਪ੍ਰੋਪਰ ਜਾਣਕਾਰੀ ਦਿਆ ਕਰੋ, ਕਿਸੇ ਵੀ ਚੀਜ਼ ਬਾਰੇ ਜੋ ਤੁਸੀਂ ਐਡ ਕਰਵਾਉਣੀ ਹੈ ਉਹਦੀ ਜਾਣਕਾਰੀ ਅਧੂਰੀ ਨਾ ਦਿਆ ਕਰੋ, ਬਿਲਕੁਲ ਪੂਰੀ ਜਾਣਕਾਰੀ ਦਿਆ ਕਰੋ। ਤੇ ਇੱਕ ਵੀਰੇ ਜਿਹੜਾ ਰੇਟ ਰੱਖਦੇ ਹੋ ਚੀਜ਼ ਦਾ ਉਹ ਮਾਰਕੀਟ ਰੇਟ ਦੇ ਹਿਸਾਬ ਨਾਲ ਰੱਖਿਆ ਕਰੋ, ਜ਼ਿਆਦਾ ਪੈਸੇ ਨਾ ਮੰਗਿਆ ਕਰੋ ਵੀਰੇ, ਮਾਰਕੀਟ ਰੇਟ ਦੇ ਹਿਸਾਬ ਨਾਲ ਜੋ ਚੀਜ਼ ਦਾ ਰੇਟ ਬਣਦਾ ਉਹੀ ਮੰਗਿਆ ਕਰੋ, ਕਮਿਸ਼ਨ ਵਗੈਰਾ ਕੱਟ ਕੇ, ਤਾਂ ਜੋ ਆਪਣੇ ਕਿਸਾਨ ਵੀਰਾਂ ਨੂੰ ਵੀਰੇ ਸਹੀ ਰੇਟ ਦੇ ਉੱਪਰ ਇੱਕ ਸਹੀ ਚੀਜ਼ ਮਿਲ ਸਕੇ। ਸੋ ਉਮੀਦ ਕਰਦੇ ਹਾਂ ਸਪੋਰਟ ਕਰੋਗੇ ਤੇ ਆਪਣੇ ਇਸ ਟੌਪਿਕ ਦੇ ਉੱਤੇ ਵੀ ਆਪਣਾ ਸਾਥ ਦਿਓਗੇ ਵੀ ਬਿਲਕੁਲ ਜਾਇਜ਼ ਰੇਟ ਦੇ ਉੱਪਰ ਸਹੀ ਚੀਜ਼ਾਂ ਆਪਾਂ ਕਿਸਾਨ ਵੀਰਾਂ ਨੂੰ ਮੁਹੱਈਆ ਕਰਾਉਣੀਆਂ ਹੈ। ਸੋ ਥੈਂਕ ਯੂ ਵੀਰੇ, ਜੁੜੇ ਰਹੋ ਇਸੀ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ।
ਥੈਂਕ ਯੂ ਵੈਰੀ ਮੱਚ।